ਸਾਡੇ ਮੁੰਡੇ ਦੀ ਮੌਤ ਹੋ ਗਈ ਸੀ, ਸਾਡੇ ਪੋਤੀਆਂ ਨੇ ਤਿੰਨ, ਉਹ ਮੁੰਡੇ ਦੀਆਂ ਕੁੜੀਆਂ ਨੇ ਤਿੰਨ, ਲੜਕਾ ਕੋਈ ਨਹੀਂ ਹੈਗਾ, ਅਤੇ ਨੂੰਹ ਆ ਸਾਡੀ ਇੱਕ ਸਾਡੇ ਨਾਲ, ਉਹ ਬੱਚੇ ਸਾਡੇ ਪੜ੍ਹਦੇ ਆ। ਅੱਛਾ, ਹਾਂਜੀ। ਤੇ ਉਹਨਾਂ ਨੂੰ ਪਾਲਣ ਪੋਸਣ ਲਈ ਤੁਸੀਂ ਇਹ ਜਿਹੜਾ ਸਟੋਲ ਲਾ ਰਹੇ ਹੋ, ਇਹ ਮਤਲਬ ਸਮਾਨ ਵਿੱਚ ਅਸੀਂ ਇੱਥੋਂ ਹੀ ਚੱਲ ਰਹੀ ਆ ਸਾਡੀ। ਅੱਛਾ, ਹਾਂਜੀ। ਅੱਜ ਮੁੰਡਾ ਹੁੰਦਾ ਤੇ ਇੱਥੇ ਜਿਹੜਾ ਸਮਾਨ ਨਾ ਵੇਚਣੀ ਸੀ, ਅਸੀਂ ਰਜਾਈ 'ਚ ਬਹਿੰਦੇ ਘਰੇ ਜਾ ਕੇ ਆਪਦੇ ਜੀ। ਇੰਨੀ ਕੜਾਕੇ ਦੀ ਠੰਡ ਦੇ ਵਿੱਚ ਇੱਥੇ ਬੈਠੇ ਹੋ, ਲੋਕੀ ਆਉਂਦੇ ਨੇ ਸਮਾਨ ਖਰੀਦਦੇ ਨੇ? ਹਾਂਜੀ, ਲੈ ਜਾਂਦੇ ਆ ਜੀ, ਸਾਨੂੰ ਪੈਸਾ ਦੇ ਜਾਂਦੇ ਆ, ਸਮਾਨ ਲੈ ਜਾਂਦੇ ਆ, ਸਾਡਾ ਟਾਈਮ ਪਾਸ ਹੋ ਹੀ ਜਾਂਦਾ। ਜੋ ਘਰੇ ਹੁੰਦਾ ਸਾਨੂੰ ਕੀ ਲੋੜ ਸੀ ਬਾਲੇ ਚ ਮਰਨ ਦੀ? ਅਸੀਂ ਘਰੇ ਰਹਿੰਦੇ, ਅਸੀਂ ਘਰੇ ਰਹਿੰਦੇ। ਕੋਈ ਮੁੰਡਾ ਸੀਗਾ? ਨਹੀਂ, ਬੜਾ ਬੇਟਾ ਅੱਡ ਰਹਿੰਦਾ। ਅੱਛਾ, ਉਹ ਪੁੱਛਦਾ ਨਹੀਂ? ਉਹ ਆਪਦੇ ਬੱਚਿਆਂ ਨੂੰ ਪਾਲਦਾ। ਅੱਛਾ, ਹਾਂਜੀ ਹਾਂਜੀ, ਉਹ ਮੰਗਿਆਈ ਆ, ਕੰਮ ਕਾਰ ਇੰਨੇ ਹੈ ਨਹੀਂ ਗੇ, ਉਹ ਆਪਦੇ ਬੱਚਿਆਂ ਨੂੰ ਪਾਲਦਾ, ਅਸੀਂ ਆਪਦਿਆਂ ਨੂੰ ਪਾਲਦੇ ਆ, ਹੋਰ ਕੀ ਕਰੀਏ ਹੁਣ। ਹਾਂ, ਅੱਜ ਆਪ ਤੇ ਬਾਅਦ ਕੰਮ ਦੇ ਆਏ ਆ, ਬਿਮਾਰ ਹੋ ਗਏ ਸੀ, ਫਿਰ ਆਪ ਤਾਂ ਘਰੇ ਰਹੇ ਆ, ਫਿਰ ਅੱਜ ਆਪ ਤੇ ਬਾਅਦ ਕੰਮ ਆਏ ਆ, ਵੀ ਅੱਜ ਐਂ ਦੁਬਾਰਾ ਚੱਲ ਦੋ ਬਸ ਕਮਾ ਕੇ ਲਿਆਵਾਂਗੇ। ਕੋਈ ਮਤਲਬ ਇੱਦਾਂ ਹੁੰਦਾ ਹੈ ਕਿ ਘਰ ਦਾ ਖਰਚਾ ਕਿਤੇ ਨਾ ਕਿਤੇ ਔਖਾ ਹੋ ਜਾਂਦਾ? ਬਾਪੂ ਜੀ ਵੀ ਬਿਮਾਰ ਪੈ ਗਏ ਸੀਗੇ, ਫਿਰ ਖਰਚਾ ਕਿੱਦਾਂ ਚੱਲਿਆ? ਫਿਰ ਅੱਜ ਸਾਡੇ ਕੋਲ ਖਰਚਾ ਹੈ ਨਹੀਂ ਸੀ, ਅਸੀਂ ਆ ਗਏ ਅੱਜ। ਅੱਛਾ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਨੇਹਾ ਮਲਿਕ। ਅੱਜ ਅਸੀਂ ਆਲਮਗੀਰ ਰੋਡ ਉੱਤੇ ਮੌਜੂਦ ਆ, ਜਿੱਥੇ ਕਿ ਇੱਕ ਬੇਬੇ ਬਾਪੂ ਜੋ ਕਿ 75 ਸਾਲ ਦੇ ਨੇ, ਇੰਨੀ ਕੜਾਕੇ ਦੀ ਠੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪਲਾਸਟਿਕ ਦਾ ਸਮਾਨ ਜਿਹੜਾ ਇਹ ਵੇਚ ਰਹੇ ਨੇ। ਕਾਰਨ ਕੀ ਹੈ ਵੇਚਣ ਦਾ? ਕਿਉਂਕਿ ਜੇਕਰ ਠੰਡ ਦੀ ਗੱਲ ਕੀਤੀ ਜਾਵੇ ਤਾਂ ਠੰਡ ਤੁਹਾਨੂੰ ਪਤਾ ਹੀ ਹੈ ਕਿੰਨੀ ਜ਼ਿਆਦਾ ਹੈ, ਨਾਲ ਦੀ ਨਾਲ ਦੇਖੋ ਤੁਣੀ ਲਾਈ ਹੋਈ ਹੈ, ਤਾਂ ਕਿ ਨਾਲ ਦੇ ਬਾਪੂ ਜੀ ਨੇ ਕੰਬਲ ਵੀ ਲਿਆ ਹੋਇਆ ਅਤੇ ਨਾਲ ਬੇਬੇ ਵੀ ਬੈਠੇ ਨੇ, ਆਪਾਂ ਦੋਨਾਂ ਨਾਲ ਗੱਲ ਕਰਾਂਗੇ। ਅਤੇ ਸਭ ਤੋਂ ਪਹਿਲਾਂ ਬੇਬੇ ਬਾਪੂ ਤੋਂ ਪੁੱਛਾਂਗੇ ਕਿ ਕਿੰਨਾ ਟਾਈਮ ਤੋਂ ਜਿਹੜੇ ਪਲਾਸਟਿਕ ਦਾ ਸਮਾਨ ਜਿਹੜਾ ਵੇਚ ਰਹੇ ਨੇ, ਅਤੇ ਹੋਰ ਜਿਹੜੀਆਂ ਗੱਲਾਂ ਇਹਨਾਂ ਬਾਰੇ ਜਾਣਦੇ, ਕਿੰਨਾ ਟਾਈਮ ਹੋ ਗਿਆ ਅਤੇ ਕੀ ਕਾਰਨ ਹੈ ਕਿ ਇੰਨੀ ਉਮਰ ਦੇ ਵਿੱਚ ਆ ਕੇ ਵੀ ਇਹਨਾਂ ਨੂੰ ਜਿਹੜਾ ਸਮਾਨ ਵੇਚਣਾ ਪੈ ਰਿਹਾ? ਹੁਣ ਬੇਬੇ ਬਾਪੂ ਸਾਡੇ ਨਾਲ ਮੌਜੂਦ ਹੈ, ਦੋਨਾਂ ਨਾਲ ਗੱਲ ਕਰਦੇ। ਸਭ ਤੋਂ ਪਹਿਲਾਂ ਬਾਪੂ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਚਾਲ ਆ? ਹਾਲ ਠੀਕ ਆ, ਜੋ ਸਮਾਂ ਲੰਘਦਾ। ਕੀ ਨਾਮ ਕੀ ਬਾਪੂ ਜੀ? ਮੇਰਾ ਨਾਮ ਬੰਤ ਸਿੰਘ ਆ। ਬੰਤ ਸਿੰਘ ਜੀ, ਪਿੰਡ ਮੇਰਾ ਰਣੀ ਆ ਭਾਈ। ਅੱਛਾ, ਕਿੰਨੇ ਟਾਈਮ ਤੋਂ ਤੁਸੀਂ ਇਹ ਜਿਹੜਾ ਪਲਾਸਟਿਕ ਦਾ ਸਮਾਨ ਜਿਹੜਾ ਵੇਚ ਰਹੇ ਹੋ? ਇਹ ਸਾਨੂੰ 10 ਸਾਲ ਹੋ ਗਏ ਇੱਥੇ ਵੇਚਦੇ ਆ। 10 ਸਾਲ ਹੋ ਗਏ। ਹਾਂਜੀ, ਕਾਰਨ ਕੀ ਹੈ ਕਿ 10 ਸਾਲ ਤੋਂ ਜਿਹੜਾ ਤੁਸੀਂ ਇਹ ਸਮਾਨ ਵੇਚ ਰਹੇ ਹੋ? ਹਾਂਜੀ, ਕੀ ਕਾਰਨ ਆ? ਕਾਰਨ ਸਾਡੇ ਮੁੰਡੇ ਦੀ ਮੌਤ ਹੋ ਗਈ ਸੀ, ਸਾਡੇ ਪੋਤੀਆਂ ਨੇ ਤਿੰਨ, ਉਹ ਮੁੰਡੇ ਦੀਆਂ ਕੁੜੀਆਂ ਨੇ ਤਿੰਨ, ਲੜਕਾ ਕੋਈ ਨਹੀਂ ਹੈਗਾ, ਅਤੇ ਨੂੰਹ ਆ ਸਾਡੀ ਇੱਕ ਸਾਡੇ ਨਾਲ, ਉਹ ਬੱਚੇ ਸਾਡੇ ਪੜ੍ਹਦੇ ਆ। ਅੱਛਾ, ਹਾਂਜੀ। ਤੇ ਉਹਨਾਂ ਨੂੰ ਪਾਲਣ ਪੋਸਣ ਲਈ ਤੁਸੀਂ ਇਹ ਜਿਹੜਾ ਸਟੋਲ ਲਾ ਰਹੇ ਹੋ, ਇਹ ਮਤਲਬ ਸਮਾਨ ਵਿੱਚ ਅਸੀਂ ਇੱਥੋਂ ਹੀ ਚੱਲ ਰਹੀ ਆ ਸਾਡੀ। ਅੱਛਾ, ਹਾਂਜੀ। ਕਿੰਨੇ 10 ਸਾਲ ਹੋ ਗਏ ਮੁੰਡੇ ਦੀ ਮੌਤ ਨੂੰ? 12 ਸਾਲ ਹੋ ਗਏ। 12 ਸਾਲ ਹੋ ਗਏ। ਕੀ ਹੋਇਆ ਸੀ ਕਿ ਮੁੰਡੇ ਦੀ ਡੈਥ ਹੋ ਗਈ? ਉਹਨੂੰ ਅਟੈਕ ਹੋ ਗਿਆ ਸੀਗਾ। ਅੱਛਾ, ਹਾਂਜੀ। ਤੇ ਹੁੰਦਾ ਹੈ ਕਿ ਅੱਜ ਮੁੰਡਾ ਹੁੰਦਾ ਤੇ ਇੱਥੇ ਜਿਹੜਾ ਸਮਾਨ ਨਾ ਵੇਚਣੀ ਸੀ, ਅਸੀਂ ਰਜਾਈ 'ਚ ਬਹਿੰਦੇ ਘਰੇ ਜਾ ਕੇ ਆਪਦੇ ਜੀ। ਇੰਨੀ ਕੜਾਕੇ ਦੀ ਠੰਡ ਦੇ ਵਿੱਚ ਇੱਥੇ ਬੈਠੇ ਹੋ, ਲੋਕੀ ਆਉਂਦੇ ਨੇ ਸਮਾਨ ਖਰੀਦਦੇ ਨੇ? ਹਾਂਜੀ, ਖਰੀਦ ਕੇ ਲੈ ਜਾਂਦੇ ਆ ਜੀ, ਸਾਨੂੰ ਪੈਸਾ ਦੇ ਜਾਂਦੇ ਆ, ਸਮਾਨ ਲੈ ਜਾਂਦੇ ਆ, ਸਾਡਾ ਟਾਈਮ ਪਾਸ ਹੋ ਹੀ ਜਾਂਦਾ। ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਜੀ? ਹੋ ਹੀ ਜਾਂਦਾ, ਘੱਟ ਵੱਧ
ਸਮਾਂ ਲੰਘੀ ਜਾਂਦਾ ਜਿੰਨਾ ਕੁ ਰਹਿੰਦਾ। ਆਪਾਂ ਗੱਲ ਕਰੀਏ, ਠੰਡੀ ਬਹੁਤ ਆ, ਠੰਡ ਦੇ ਵਿੱਚ ਕਿੰਨਾ ਕੁ ਔਖਾ ਹੁੰਦਾ, ਕਿੱਦਾਂ ਸਮਾਨ ਲੈ ਕੇ ਆਉਂਦੇ ਹੋ? ਬਸ ਜੀ, ਆਟੋ ਆ ਸਾਡੇ ਕੋਲ, ਅਸੀਂ ਘਰੋਂ ਆਟੋ ਦੇ ਵਿੱਚ ਬਿਠਾ ਰੱਖ ਕੇ ਲਿਆਈਦਾ, ਇੱਥੇ ਆ ਕੇ ਰੱਖ ਲਈਦਾ, ਬਸ ਵੇਚ ਲਈਦਾ। ਹਾਂਜੀ, ਬੇਬੀ ਜੀ ਨਾਲ ਗੱਲ ਕਰਾਂਗੇ। ਬੇਬੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਠੀਕ ਆ ਜੀ। ਕੀ ਨਾਮ ਕੀ ਆ ਤੁਹਾਡਾ? ਸੁਖਦੇਵ ਕੌਰ ਆ ਜੀ। ਅੱਛਾ ਬੇਬੀ ਜੀ, ਕਿੰਨਾ ਨਾ ਇੱਥੋਂ 10 ਸਾਲ ਹੋ ਗਏ ਨਾ ਇਹ ਸਮਾਨ ਜਿਹੜਾ ਵੇਚਦੇ ਨੂੰ, ਹੈ ਘਰ ਦਾ ਖਰਚਾ ਵਧੀਆ ਚੱਲਦਾ ਆ? ਹਾਂਜੀ ਹਾਂਜੀ, ਚੱਲ ਜਾਂਦਾ ਵਧੀਆ। ਹਾਂਜੀ ਹਾਂਜੀ, 10 ਸਾਲ ਹੋ ਗਏ ਸਾਨੂੰ ਇਹ ਕੰਮ ਕਰਦੇ ਨੂੰ। ਅੱਛਾ, ਹਾਂਜੀ, ਸਾਡੇ ਬੇਟੇ ਨੂੰ 12ਵਾਂ ਸਾਲ ਲੱਗਿਆ ਜੀ ਪੂਰਾ ਇਹ ਨੂੰ। ਹਾਂਜੀ, ਉਹਦੇ 3 ਗੁੱਡੀਆਂ ਪਾਲਦੇ ਜੀ ਅਸੀਂ। ਹਾਂ, ਉਹਨਾਂ ਦੀ ਮੰਮੀ ਵੀ ਸਾਡੇ ਕੋਲ ਹੀ ਆ। ਅੱਛਾ, ਹਾਂਜੀ, ਠੀਕ ਹੈ। ਵੀ ਅੱਜ ਜੇ ਮੁੰਡਾ ਹੁੰਦਾ ਇਹ ਦਿਨ ਦੇਖਣਾ ਪੈਂਦਾ? ਅਸੀਂ ਘਰੇ ਰਹਿੰਦੇ, ਆਰਾਮ ਕਰਦੇ। ਠੰਡ ਬਹੁਤ ਆ, ਠੰਡ ਕਰਕੇ ਕਿਤੇ ਨਾ ਕਿਤੇ ਹੁੰਦਾ ਆ ਕਿ ਹਾਂ ਇੱਕੋ ਹੀ ਸੀਗਾ, ਰੱਬ ਨੇ ਉਹੀ ਲੈ ਲਿਆ। ਹਾਂਜੀ ਹਾਂਜੀ। ਬੇਬੀ ਕੀ ਹੋਇਆ, ਭਾਵ ਕੋ ਰਹੇ ਹੋ? ਹਾਂਜੀ ਹਾਂਜੀ, ਕੀ ਹੋਇਆ ਬੇਬੀ, ਰੋ ਕਿਉਂ ਰਹੇ ਹੋ? ਮੁੰਡੇ ਦੀ ਯਾਦ ਆ ਰਹੀ ਹੈ? ਜੋ ਘਰੇ ਹੁੰਦਾ ਸਾਨੂੰ ਕੀ ਲੋੜ ਸੀ ਤੇ ਪਾਲੇ ਚ ਮਰਨ ਦੀ? ਬਿਲਕੁਲ, ਅਸੀਂ ਘਰੇ ਰਹਿੰਦੇ ਜੀ, ਅਸੀਂ ਘਰੇ ਰਹਿੰਦੇ। ਇੱਕੋ ਹੀ ਮੁੰਡਾ ਸੀਗਾ? ਨਹੀਂ, ਬੜਾ ਬੇਟਾ ਅੱਡ ਰਹਿੰਦਾ। ਅੱਛਾ, ਅੱਡ ਰਹਿੰਦਾ, ਉਹ ਪੁੱਛਦਾ ਨਹੀਂ? ਉਹ ਆਪਦੇ ਬੱਚਿਆਂ ਨੂੰ ਪਾਲਦਾ। ਅੱਛਾ, ਹਾਂਜੀ ਹਾਂਜੀ, ਉਹ ਮੰਗਿਆ ਹੀ ਆ, ਕੰਮ ਕਰ ਇੰਨੇ ਹੈ ਨਹੀਂ ਗੇ, ਉਹ ਆਪਦੇ ਬੱਚਿਆਂ ਨੂੰ ਪਾਲਦਾ, ਅਸੀਂ ਆਪਦਿਆਂ ਨੂੰ ਪਾਲਦੇ ਹਾਂ, ਹੋਰ ਕੀ ਕਰੀਏ ਹੁਣ। ਬਿਲਕੁਲ, ਅੱਜ ਆਪ ਤੇ ਬਾਅਦ ਕੰਮ ਦੇ ਆਏ ਹਾਂ, ਬਿਮਾਰ ਹੋ ਗਏ ਸੀ, ਫਿਰ ਆਪ ਤਾਂ ਘਰੇ ਰਹੇ ਹਾਂ, ਫਿਰ ਅੱਜ ਆਪ ਤੇ ਬਾਅਦ ਕੰਮ ਆਏ ਹਾਂ, ਵੀ ਅੱਜ ਐਂ ਦੁਬਾਰਾ ਚੱਲ ਦੋ ਬਸ ਕਮਾ ਕੇ ਲਿਆਵਾਂਗੇ। ਸੋ ਤੁਸੀਂ ਦੇਖ ਸਕਦੇ ਹੋ ਬੇਬੇ ਕਿੰਨੀ ਜ਼ਿਆਦਾ ਭਾਵੁਕ ਹੋ ਗਏ, ਰੋਣ ਲੱਗ ਗਏ। ਬੇਬੇ ਕੀ ਹੋਇਆ, ਇੰਡਾ ਕਿ ਰੋ ਰਹੇ ਹੋ? ਕੀ ਹੋਇਆ ਬੇਬੇ, ਕੀ ਹੋ ਗਿਆ ਸੀਗਾ ਬਾਪੂ ਜੀ ਨੂੰ ਇੱਕ ਹਫ਼ਤੇ ਤੋਂ ਬਿਮਾਰ? ਬਿਮਾਰ, ਠੰਡ ਲੱਗ ਗਈ ਸੀ। ਅੱਛਾ, ਠੰਡ ਲੱਗ ਗਈ ਸੀ। ਠੰਡ ਲੱਗ ਗਈ ਸੀ, ਠੰਡ ਦੇ ਵਿੱਚ ਔਖਾ ਹੁੰਦਾ ਨਾ ਇੱਥੇ ਬਹਿਣਾ। ਕਦੋਂ ਤੱਕ ਹੁੰਦੇ ਹੋ ਇੱਥੇ? ਅਸੀਂ 5 ਵਜੇ ਚਲੇ ਜਾਂਦੇ ਹਾਂ। 5 ਸਵੇਰੇ ਕਿੰਨੇ ਵਜੇ ਆਉਂਦੇ ਹੋ? ਸਵੇਰੇ ਹੁਣ 11 ਵਜੇ ਆਏ ਅੱਜ। ਹੰਝੂ ਆ। ਸੋ ਬੇਬੇ ਜਿਹੜੀ ਹੈ ਕਹਿ ਸਕਦੇ ਠੰਡ ਵੀ ਆ, ਉਤੋਂ ਇੱਕ ਉਮਰ ਵੀ ਹੈ, ਏਡੀ ਉਮਰ ਹੋਣ ਦੇ ਬਾਵਜੂਦ ਵੀ ਦੋਨੇ ਜੀਆਂ ਨੂੰ ਇੱਥੇ ਬਹਿ ਕੇ ਸੜਕ ਦੇ ਕਿਨਾਰੇ ਬਹਿ ਕੇ ਜਿਹੜਾ ਸਮਾਨ ਵੇਚਣਾ ਪੈ ਰਿਹਾ ਹੈ। ਬੇਬੇ ਬਾਪੂ ਜੀ, ਬੇਬੇ ਭਾਵੁਕ ਹੋ ਰਹੇ, ਰੋ ਰਹੇ ਨੇ, ਕੀ ਹੋਇਆ? ਬਾਜੀ, ਇਹ ਦਿਮਾਗ 'ਤੇ ਲੋਡ ਪੈ ਜਾਂਦਾ। ਉਹ ਫਿਰ ਨਾ ਜਦੋਂ ਯਾਦ ਆ ਜਾਂਦੀ ਹੈ ਬੇਟੇ ਦੀ, ਫਿਰ ਐਵੇਂ ਕਰਦੀ ਹੈ। ਤੇ ਉਹਨਾਂ ਦੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ 'ਤੇ ਆ ਗਈ? ਹਾਂਜੀ ਬੇਬੇ, ਜਿਵੇਂ ਉਹਨਾਂ ਦੇ ਬੱਚੇ ਦੀ ਜ਼ਿੰਮੇਵਾਰੀ ਤੁਹਾਡੇ 'ਤੇ ਆ ਗਈ, 3 ਗੁੱਡੀਆਂ ਨੇ, ਉਹਨਾਂ ਨੂੰ ਪੜ੍ਹਾ ਰਹੇ ਹੋ, ਲਿਖਾ ਰਹੇ ਹੋ, ਉਹਨਾਂ ਦੀ ਮੰਮੀ ਵੀ ਕੁਛ ਕਰਦੀ ਹੈ? ਹਾਂਜੀ, ਮੰਮੀ ਦਿਹਾੜੀ ਜਾਂਦੀ ਹੈ ਜੀ ਕਿਤੇ। ਅੱਛਾ, ਦਿਹਾੜੀ ਦੇ ਵਿੱਚ ਕੀ ਕਰਦੀ ਜਾਂਦੀ ਹੈ? ਦਿਹਾੜੀ ਕੰਮ ਤੇ ਜਾਂਦੀ ਹੈ, ਦਿਹਾੜੀ ਤੇ। ਅੱਛਾ, ਹਾਂਜੀ ਹਾਂਜੀ, ਉਹ ਵੀ ਦਿਹਾੜੀ ਜਾਂਦੀ ਹੈ ਵਿਚਾਰੀ। ਘਰ ਆਪਣਾ ਹੈ ਕਿ ਕਿਰਾਏ ਤੇ ਰਹਿੰਦੇ ਹੋ? ਨਹੀਂ, ਘਰ ਆਪਣਾ ਜੀ, ਘਰ ਆਪਣਾ। ਹਾਂਜੀ, ਅੱਛਾ, ਵੱਡਾ ਮੁੰਡਾ ਕਦੇ ਕਹਿੰਦਾ ਨਹੀਂ ਕਿ ਬਾਪੂ ਦੀ ਇੰਨੀ ਤਬੀਅਤ ਖਰਾਬ ਹੋ ਗਈ ਹੈ, ਖਰਚਾ ਨਹੀਂ ਹੈਗਾ? ਮੈਂ ਤਾਂ ਦਵਾਈ ਦਵਾ ਕੇ ਲਿਆਇਆ, ਲੈ ਕੇ ਗਿਆ। ਅੱਛਾ, ਉਹਦਾ ਮਤਲਬ? ਹਾਂ, ਐਂ ਤਾਂ ਪੁੱਛਦੇ ਨੇ, ਐਂ ਤਾਂ ਨਹੀਂ ਕੋਈ ਗੱਲ, ਜਾਣੀ ਉਹਨਾਂ ਕੋਲ ਦੇਣ ਨੂੰ ਸਾਨੂੰ, ਜੇ ਉਹ ਉਹਨਾਂ ਕੋਲ ਕੁਛ ਹੈ ਨਹੀਂ ਸਾਨੂੰ ਦੇਣ ਲਈ, ਕਿਉਂ ਓਨੀ ਕੁ ਕਮਾਈ, ਓਨੀ ਕੁ ਜਿਹੜੀ ਉਹਨਾਂ ਦਾ ਆਪਦਾ ਗੁਜ਼ਾਰਾ ਚੱਲੇ, ਜੇ ਉਹਨਾਂ ਕੋਲ ਜ਼ਿਆਦਾ ਹੋਵੇ ਤਾਂਹੀਓ ਸਾਨੂੰ ਦੇਣ, ਉਹਨਾਂ ਕੋਲ ਜ਼ਿਆਦਾ ਹੈ ਨਹੀਂ, ਉਹਨਾਂ ਕੋਲ ਆਪਦੇ ਜੋਗਾ ਮਸੀ ਬਣਦਾ ਵਾ। ਹਾਂ, ਉਹ ਜਾਣੀ ਇੰਨਾ ਕੁ ਆਪਦੀ ਰੋਟੀ ਕਮਾ ਕੇ ਖਾਈ ਜਾਂਦੇ। ਬੇਬੇ ਕੀ ਕਹਿਣਾ ਚਾਹੋਗੇ, ਜਿਹੜੀ ਸਾਡੀ ਆਡੀਅੰਸ ਦੇਖ ਰਹੀ ਹੈ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਬਸ ਸਾਡੀ ਹੈਲਪ ਕਰ ਦੇਣ ਜਿਹੜੀ ਕਰ ਸਕਦੇ ਨੇ। ਇਹ ਮਤਲਬ ਤੁਸੀਂ ਕਿੱਥੇ ਬੈਠੇ ਹੋ, ਕਿਹੜੀ ਜਗ੍ਹਾ? ਆਲਮਗੀਰ ਆ ਜੀ, ਆਲਮਗੀਰ ਰੋਡ ਤੇ ਬੈਠੇ? ਹਾਂਜੀ, ਆਲਮਗੀਰ ਰੋਡ ਤੇ ਬੈਠੇ ਹਾਂ, ਗੁਰਦੁਆਰਾ ਸਾਹਿਬ ਦੇ ਨੇੜੇ। ਅੱਛਾ, ਹਾਂਜੀ,
ਰਾਸ਼ਨ ਸਾਨੂੰ ਤਾਂ ਦੋਨਾਂ ਨੂੰ ਨੀ ਮਿਲਦਾ ਨੀਗਾ, ਸਾਡਾ ਕਾਰਡ ਹੀ ਨੀ ਬਣਾਇਆ ਕਿਸੇ ਨੇ। ਕਿਉਂ ਨਾ ਸਾਡੇ ਕੋਲ ਕਾਰਡ ਨੀ ਹੈਗਾ, ਕੋਈ ਨੀ ਬਣਿਆ। ਸਾਡੀਆਂ ਮੇਰੀਆਂ ਪੋਤੀਆਂ ਨੂੰ ਔਰ ਮੇਰੇ ਨੂੰ ਇੱਕ ਸਾਲ ਤੋਂ ਕਣਕ ਲੱਗੀ ਆ, ਲੋਕਾਂ ਨੇ 17-18 ਸਾਲ ਹੋ ਗਏ ਕਣਕ ਲੈਂਦਿਆਂ ਨੂੰ, ਸਾਨੂੰ ਉਹਨਾਂ ਨੂੰ ਬੱਚੀਆਂ ਨੂੰ ਇੱਕ ਸਾਲ ਹੋ ਗਿਆ ਕਣਕ ਲੱਗੀ ਨੂੰ। ਹਾਂਜੀ ਹਾਂਜੀ, ਸਾਨੂੰ ਹਲੇ ਮਿਲਦੀ ਨਹੀਂ। ਸੋ ਤੁਸੀਂ ਦੇਖ ਲਿਆ ਬੇਬੇ ਬਾਪੂ ਜੀ, ਜੇ ਬੇਬੇ ਦੀ ਗੱਲ ਕਰਾਂ, ਬੇਬੇ ਜਿਹੜੇ ਭਾਵੁਕ ਹੋ ਗਏ, ਰੋਣ ਲੱਗ ਗਏ ਨੇ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਤਾਂ ਕਿ ਇਹਨਾਂ ਦੇ ਹੈਲਪ ਹੋ ਸਕੇ। ਇਹਨਾਂ ਦੇ ਜਿਹੜੇ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਆ, ਜੋ ਕਿ ਇੰਨੀ ਉਮਰ ਦੇ ਵਿੱਚ, ਇੰਨੀ ਠੰਡ ਦੇ ਵਿੱਚ ਜਿਹੜੇ ਨਿਭਾ ਰਹੇ ਨੇ, ਉਹ ਜ਼ਰੂਰ ਪੂਰੀ ਹੋ ਸਕੇ। ਅਤੇ ਜੇਕਰ ਕੋਈ ਵੀਰ ਸੱਜਣ ਹੈਲਪ ਇਹਨਾਂ ਦੀ ਕਰਨਾ ਚਾਹੁੰਦੇ ਤਾਂ ਆਲਮਗੀਰ ਰੋਡ ਉੱਤੇ ਇਹ ਬੇਬੇ ਬਾਪੂ ਜਿਹੜੇ ਨੇ ਪਲਾਸਟਿਕ ਦਾ ਸਮਾਨ ਜਿਹੜਾ ਵੇਚ ਰਹੇ ਨੇ, ਅਤੇ ਇਹਨਾਂ ਦੀ ਹੈਲਪ ਜ਼ਰੂਰ ਕਰ ਦਿਓ। ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਵਿਪਨ ਬੱਸੀ ਨਾਲ।